ਇੱਥੇ ਆ ਭੂਗਨੇ ਵੇਚੀ ਜਾਂਦੇ ਆ ਮੂਰਤੀਆਂ ਵੇਚੀ ਜਾਂਦੇ ਆ ਇੱਥੇ ਸ਼ਾਪਿੰਗ ਮਾਲ ਬਣਾਇਆ ਵਾ ਤੁਸੀਂ ਤੇ ਸਾਰੀਆਂ ਦੁਕਾਨਾਂ ਉੱਧਰ ਲੈ ਕੇ ਜਾਓ ਆਪਣੀਆਂ ਅਸੀਂ ਪਹਿਲੀ ਵਾਰੀ ਆਏ ਹਾਂ ਜੀ ਪਹਿਲੀ ਵਾਰੀ ਬੇਨਤੀ ਕਰਤੀ ਇਹਨੂੰ ਮੰਡੀ 'ਚ ਲੈ ਜਾਓ ਉੱਧਰ ਬਾਈ ਆਪਣਾ ਤਾਂ ਜਾ ਲੈ ਜਾਓ ਜਾ ਕੇ ਉੱਧਰ ਲੈ ਕੇ ਜਾਓ ਇੱਥੇ ਤੁਸੀਂ ਆਪਣੀਆਂ ਦੁਕਾਨਾਂ ਲਾ ਕੇ ਖੜੇ ਆ ਤੁਹਾਡੇ ਕੋਲ ਆਉਣੀਆਂ ਬੀਬੀਆਂ ਸਮਾਨ ਲੈਣ ਉਹ ਵਿੱਚ ਉਹ ਪੌਂਪੋਂ ਵਾਲੇ ਘੁੰਮੀ ਜਾਂਦੇ ਆ ਬਿਸਲਾਂ ਵਾਲੇ ਘੁੰਮੀ ਜਾਂਦੇ ਆ ਮੁੰਡੇ ਉਹਨਾਂ ਕੋਲੋਂ ਲੈ ਕੇ ਬੀਬੀਆਂ ਵਾਲੇ ਕੋਲ ਜਾ ਜਾ ਕੇ ਭੂਗਨੇ ਵਜਾਉਂਦੇ ਕਿ ਨਹੀਂ ਵਜਾਉਂਦੇ ਕਹਿੰਦੇ ਆ ਸ਼ੁਰੂਆਤ ਇੱਕ ਬੰਦੇ ਦੀ ਗਲਤੀ ਨਹੀਂ ਹੈਗੀ ਸਾਰਿਆਂ ਦੀ ਗਲਤੀ ਸਾਡੀ ਵੀ ਵਿੱਚ ਹੀ ਹੈ ਲੰਗਰ ਵਾਲਿਆਂ ਨੂੰ ਮਿਹਨਤਾਂ ਕਰਦੇ ਵੀ ਭਾਈ ਆਪਣੇ ਸਪੀਕਰ ਬੰਦ ਕਰੋ ਢਾਡੀ ਲੱਗੇ ਉਧਰ 10 ਰੁਪਏ ਦੀ ਗੱਲ ਜਿਹੜੀ ਮੇਨ ਗੱਲ ਹੈ ਆਕਸ਼ਨ ਬਿਲਕੁਲ ਰਾਈਟ ਹੁਣ ਤੁਸੀਂ ਆ ਗਏ ਗੱਲ ਜਿਹੜੀ ਉਹ ਦੁਕਾਨਾਂ ਉੱਥੋਂ ਲੈ ਕੇ ਉੱਥੇ ਰੱਖ ਲੱਗੇ ਠੀਕ ਹੈ ਅੱਜ ਅਸੀਂ 4 ਕੰਮ ਕੀਤੇ ਆ ਕੱਲ ਨੂੰ ਸਵੇਰ ਨੂੰ ਇਹ ਵੀ ਦੁਕਾਨਾਂ ਨਹੀਂ ਲੱਗਣਗੀਆਂ ਇੱਥੇ ਤੁਸੀਂ ਆਪਣੀ ਮੰਡੀ ਇੱਥੇ ਲਾਣੀ ਆ ਇਹਦੀ ਬਜਾਏ ਤੁਸੀਂ ਉਹ ਪਿੱਛੇ ਚੱਲ ਜਾਓ ਉੱਥੇ ਲੋਕਾਂ ਨੇ ਜੇ ਨਾ ਜਿਹੜੇ ਮੇਲਾ ਦੇਖਣ ਆਉਂਦੇ ਨਾ ਉਹਨੀ ਮੇਲੇ 'ਚ ਚੱਲ ਜਾਣਾ ਬਈ ਸਾਡੇ ਆਪਣੇ ਹਿਰਦੇ ਦੁੱਖਦੇ ਜਾਂ ਕਿਸੇ ਨੂੰ ਰੋਟੀ ਹਿਲਦੀ ਆ ਕਿਸੇ ਦੇ ਢਿੱਡ ਦੇ ਲੱਤ ਮਾਰੇ ਭੈਣਾ ਜਾਂ ਪੁਲਿਸ ਵਾਲਾ ਮੈਨੂੰ ਕਹਿੰਦਾ ਯਾਨੀ ਪਿੱਛੇ ਆਓ ਓਏ ਮੈਂ ਆ ਲਓ ਜ਼ਮੀਨ ਨਾ ਬੋਲ ਨਾ ਆਪਣੇ ਫੁੱਲ ਲਾਏ ਨਾ ਜ਼ਮੀਨ ਨਾ ਬੋਲ ਹੁਣ ਮੈਂ ਬਦਲੀ ਪਾਈ ਜੀ ਮੈਂ ਸ਼ਾਇਦ ਤੇਰਾ ਕੀ ਹਾਲ ਕਰਦਾ ਪਰ ਸਾਡੇ 'ਚ ਮਰਿਆਦਾ ਹੈ ਜੀ ਆਪਣੀ ਮਾਰਕੀਟ ਕਮੇਟੀ ਮੰਡੀ ਦੀ ਅੰਦਰ ਦੀ ਅੰਦਰ ਦੇ ਪੈਸੇ ਦਿੱਤੇ ਉਹਨਾਂ ਨੇ ਉੱਧਰ ਦੇ ਦਿੱਤੇ ਗੁਰੂ ਘਰ ਦੇ ਕੋਲ ਯਾਰ ਆਪਣਾ ਗੇਟ ਤੋਂ ਬਾਹਰ ਦਾ 1 ਰੁਪਏ ਦਾ ਲੈਣ ਨਾ ਲੈਣ ਦੇਣਾ ਝੂਲੇ ਬੰਦ ਕਰਾਏ ਉਹਨਾਂ ਦੇ ਪੈਸੇ ਮੜਵਾਏ ਠੇਕੇਦਾਰ ਕੋਲੋਂ ਉਹ 14 ਲੱਖ ਦਾ ਟੈਂਡਰ ਲਿਆ ਵਾ ਸਾਰੀ ਟੋਟਲੀ ਬੰਦ ਆਲ ਮੈਂ ਕਹਿੰਦਾ ਸਾਰੇ ਜੋ ਕੱਲ ਬੜੇ ਸੋਨਿਆ ਰਾਸ਼ਟਰੀ ਆਕਾਰ ਭਾਈ ਮੰਡੀ ਵਾਲੇ ਜੋ ਚੱਕ ਕੇ ਸਵਾਨ ਆ 15 ਮਿੰਟ ਦਾ ਗੈਪ ਹੋਇਆ ਉਹਨਾਂ ਨੂੰ ਇੱਕ ਵਾਰੀ ਕਹਿਣਾ ਮੇਰੇ ਪਿਆਰ ਦੀ ਗੱਲ ਆਪਣਾ ਉਧਰ ਚੰਗਾ ਮੰਡੀ ਚ ਨਹੀਂ ਮੈਂ ਭੰਨ ਦੇਣਾ ਸਾਰਾ ਕੁਛ ਚਲੋ ਜਿੰਨੀਆਂ ਦੁਕਾਨਾਂ ਇੱਥੇ ਲੱਗੀਆਂ ਵਾ ਮੇਲਾ ਬਣਾਇਆ ਵਾ ਸਾਰੀਆਂ ਦੂਜੇ ਪਾਸੇ ਲੈ ਕੇ ਜਾਓ ਇੱਥੋਂ ਇੱਥੇ ਗੁਰਦੁਆਰੇ ਦੇ ਕੋਲ ਕੋਈ ਦੁਕਾਨਾਂ ਨਹੀਂ ਲੱਗਣੀਆਂ ਇੱਥੇ ਆ ਭੂਗਨੇ ਵੇਚੀ ਜਾਂਦੇ ਆ ਮੂਰਤੀਆਂ ਵੇਚੀ ਜਾਂਦੇ ਆ ਇੱਥੇ ਸ਼ਾਪਿੰਗ ਮਾਲ ਬਣਾਇਆ ਵਾ ਤੁਸੀਂ ਤੇ ਸਾਰੀਆਂ ਦੁਕਾਨਾਂ ਉੱਧਰ ਲੈ ਕੇ ਜਾਓ ਆਪਣੀਆਂ ਬਾਬਾ ਜੀ ਤੁਸੀਂ ਵੀ ਸਪੀਕਰਾਂ ਦੀ ਆਵਾਜ਼ ਘਟਾਓ ਇੱਥੇ ਕਾਂ ਕਾਂ ਹੋਈ ਜਾਂਦੀ ਕਿਸੇ ਨੂੰ ਨਹੀਂ ਪਤਾ ਲੱਗਦਾ ਕੁਛ ਆਪਣੀ ਭੈਣ ਨੂੰ ਛੇੜਦਾ ਮੈਂ ਵੀ ਛੇੜਦਾ ਆ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਦੀ ਸੇਵਾ ਨਿਭਾਉਂਦੇ ਨੇ ਇਤਿਹਾਸ ਸ਼ੁਰੂ ਹੋਇਆ ਬਾਣੀ ਤੋਂ ਬਾਣੀ ਕਰਕੇ ਇਤਿਹਾਸ ਹੈ ਤੇ ਬਾਣੀ ਸਾਨੂੰ ਇਜਾਜ਼ਤ ਦਿੰਦੀ ਹੈ ਵੀ ਗੁਰੂ ਘਰ ਦੇ ਲਾਗੇ ਜਿਹੜੀ ਆਉਣ ਵਾਲੀ ਸੰਗਤ ਹੈ ਉਹਨਾਂ ਦੇ ਆਉਣ ਜਾਣ ਦੇ ਵਿੱਚ ਤੇ ਜਿਹੜੇ ਲੋਕ ਸਿਰਫ ਮੇਲੇ ਕਰਕੇ ਆਉਂਦੇ ਉਹਨਾਂ ਦੇ ਕਰਕੇ ਜਿਹੜੀਆਂ ਕੋਈ ਚੰਗੀਆਂ ਰੂਹਾਂ ਮੱਥਾ ਟੇਕਣ ਆਉਣੀਆਂ ਦਰਸ਼ਨ ਕਰਨ ਆਉਣੀਆਂ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਰੁਕਾਵਟ ਪਵੇ ਨਹੀਂ ਇਜਾਜ਼ਤ ਦਿੰਦੀ ਬਾਣੀ ਤੁਸੀਂ ਆਪਣੀ ਤੋਰੀ ਫੁਲਕਾ ਤੋਰਨੇ ਨੂੰ ਇੱਥੇ ਦੁਕਾਨਾਂ ਲਾਈਆਂ ਹੁੰਦੇ ਆ ਪਰ ਹੁੰਦਾ ਕਿਆ ਆ ਜਿਹੜੇ ਬੰਦੇ ਤੁਹਾਡੀ ਦੁਕਾਨਦਾਰੀ ਮੰਡੀ ਕਰਕੇ ਸਿਰਫ ਮੇਲਾ ਦੇਖਣ ਆਉਂਦੇ ਆ ਉਹਨਾਂ ਸਾਰਿਆਂ ਦੇ ਕਰਕੇ ਜਿਹੜੀਆਂ ਰੂਹਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਸੱਚੀ ਭਾਵਨਾ ਨਾਲ ਉਹਨਾਂ ਦੇ ਮਨ ਦੁਖੀ ਹੁੰਦੇ ਇੱਥੇ ਆ ਕੇ ਹੁੰਦੇ ਆ ਨਹੀਂ ਹੁੰਦੇ ਮਨ ਦੁਖੀ ਹੁੰਦੇ ਆ ਇੱਥੇ ਤੁਸੀਂ ਆਪਣੀਆਂ ਦੁਕਾਨਾਂ ਲਾ ਕੇ ਖੜੇ ਆ ਤੁਹਾਡੇ ਕੋਲ ਆਉਣੀਆਂ ਬੀਬੀਆਂ ਸਮਾਨ ਲੈਣ ਉਹ ਵਿੱਚ ਉਹ ਪੌਂਪੋਂ ਵਾਲੇ ਘੁੰਮੀ ਜਾਂਦੇ ਆ ਬਿਸਲਾਂ ਵਾਲੇ ਘੁੰਮੀ ਜਾਂਦੇ ਆ
ਮੁੰਡੇ ਉਹਨਾਂ ਕੋਲੋਂ ਲੈ ਕੇ ਬੀਬੀਆਂ ਦੇ ਕੋਲ ਜਾ ਜਾ ਕੇ ਭੂਗਨੇ ਵਜਾਉਂਦੇ ਕਿ ਨਹੀਂ ਵਜਾਉਂਦੇ ਕਹਿੰਦੇ ਆ ਸ਼ੁਰੂਆਤ ਇੱਕ ਬੰਦੇ ਦੀ ਗਲਤੀ ਨਹੀਂ ਹੈਗੀ ਸਾਰਿਆਂ ਦੀ ਗਲਤੀ ਸਾਡੀ ਵੀ ਵਿੱਚ ਹੀ ਹੈ ਪਰ ਠੀਕ ਇਹਨੇ ਕਰਨਾ ਇਹਨੂੰ ਆਪਾਂ ਹੀ ਕਰਨਾ ਦੂਜੀ ਗੱਲ ਦੁਕਾਨਾਂ ਇੱਥੋਂ ਹਟੀਆਂ ਖਾਣ ਪੀਣੇ ਵਾਲੀਆਂ ਚੀਜ਼ਾਂ ਹਟੀਆਂ ਲੰਗਰ ਵਾਲਿਆਂ ਨੂੰ ਮਿਹਨਤਾਂ ਕਰਦੇ ਵੀ ਭਾਈ ਆਪਣੇ ਸਪੀਕਰ ਬੰਦ ਕਰੋ ਢਾਡੀ ਲੱਗੇ ਉੱਧਰ ਲੱਖ ਰੁਪਏ ਦੀ ਗੱਲ ਜਿਹੜੀ ਮੇਨ ਗੱਲ ਹੈ ਆਕਸ਼ਨ ਬਿਲਕੁਲ ਹੁਣ ਤੁਸੀਂ ਆ ਗਈ ਗੱਲ ਜਿਹੜੀ ਉਹ ਦੁਕਾਨਾਂ ਉੱਥੋਂ ਲੈ ਕੇ ਉੱਥੇ ਰੱਖ ਲੱਗੇ ਠੀਕ ਹੈ ਅੱਜ ਅਸੀਂ ਚਾਰ ਕੰਮ ਕੀਤੇ ਆ ਕੱਲ੍ਹ ਨੂੰ ਸਵੇਰ ਨੂੰ ਇਹ ਵੀ ਦੁਕਾਨਾਂ ਨਹੀਂ ਲੱਗੂਗੀਆਂ 7 ਵਜੇ ਜੀ ਜਿਹੜੀ ਸੰਗਤ ਆਊਗੀ ਦਰਸ਼ਨ ਕਰਨ ਆਉਣ ਲੰਗਰ ਚੱਲਦੇ ਲੰਗਰ ਛਕਣ ਸਾਡੀ ਤਾਂ ਇਹੀ ਮੰਚ ਹੈ ਇੱਥੇ ਤੁਸੀਂ ਆਪਣੀ ਮੰਡੀ ਇੱਥੇ ਲਾਉਣੀ ਹੈ ਇਹਦੀ ਬਜਾਏ ਤੁਸੀਂ ਉਹ ਪਿੱਛੇ ਚੱਲ ਜਾਓ ਉੱਥੇ ਲੋਕਾਂ ਨੇ ਜਿਹਨਾਂ ਜਿਹੜੇ ਮੇਲਾ ਦੇਖਣ ਆਉਂਦੇ ਨਾ ਉਹਨੀ ਮੇਲੇ 'ਚ ਚੱਲ ਜਾਣਾ ਬਾਈ ਚਲੋ ਪੂਰੀ ਗੱਲ ਕਰੋ ਬਾਅਦ 'ਚ ਇੱਕ ਮਿੰਟ ਹੁਣ ਗੁੱਸਾ ਨਾ ਕਰੇ ਮੇਰੀ ਗੱਲ ਦਾ ਖਾਲਸਾ ਜੀ ਮੈਂ ਵੀ ਤੇਰਾ ਵੀਰਾ ਗੁਰਸ ਬੰਦਾ ਆਪਾਂ ਬਹਿਸ ਲਾਣੀ ਖੁਦ ਮੈਂ ਡਿਪਟੀ ਕਮਿਸ਼ਨਰ ਆਈ ਜੀ ਸਾਹਿਬ ਦਾ ਮੈਂਬਰ ਹਾਂ ਉਹਨੂੰ ਛੱਡੋ ਭੈਣਾ ਜਾਂ ਪੁਲਿਸ ਵਾਲਾ ਮੈਨੂੰ ਕਹਿੰਦਾ ਯਾਨੀ ਪਿੱਛੇ ਹੋ ਓਏ ਮੈਂ ਹਲੋ ਜ਼ਮੀਨ ਨਾ ਬੋਲ ਨਾ ਆਪਣੇ ਫੁੱਲ ਲਾਏ ਨਾ ਜ਼ਮੀਨ ਨਾ ਬੋਲ ਹੁਣ ਮੈਂ ਬਦਲੀ ਭਾਈ ਜੀ ਮੈਂ ਸ਼ਾਇਦ ਤੇਰਾ ਕੀ ਹਾਲ ਕਰਦਾ ਪਰ ਸਾਡੇ 'ਚ ਮਰਿਆਦਾ ਹੈ ਮੈਂ ਤੂੰ ਤਾਂ ਭੈਣਾ ਜੇ ਐਸ ਐਚ ਏ ਨਾ ਮੈਂ ਐਮ ਪੀ ਸਾਹਿਬ ਦਾ ਮੈਂਬਰ ਹਾਂ ਆਈ ਜੀ ਸਾਹਿਬ ਦਾ ਆਪਣਾ ਮਾਨ ਸਾਹਿਬ ਦਾ ਮੈਂ ਇੱਥੇ ਡਿਪਟੀ ਕਮਿਸ਼ਨਰ ਵੀ ਹੋ ਆਈ ਜੀ ਵੀ ਆਊਂ ਲੇਕਿਨ ਤੂੰ ਗੁਰਸਿੱਖ ਬੰਦਾ ਮੈਨੂੰ ਮੂੰਹ ਨਾ ਕਿਹਾ ਵੀਰੇ ਥੋੜ੍ਹਾ ਅੱਗੇ ਜਾ ਬਾਈ ਸਾਈਡ 'ਤੇ ਹੋ ਜਾ ਦੋ ਫੁੱਲ ਪਾਏ ਵੀ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਉੱਥੇ ਬੰਦਾ ਕਈ ਨਹੀਂ ਕਰੋ ਮਾਫ਼ ਕਰਨਾ ਤੁਸੀਂ ਛਿੜੋਗੇ ਹਰ ਕੋਈ ਤੜਫੂ ਤੜਫੇਗਾ ਜਦੋਂ ਅੱਗ ਬਣੋ ਹੁਣ ਮਾਫ਼ ਕਰਨਾ ਬਾਪੂ ਨਹੀਂ ਮੈਂ ਕਹਿਣਾ ਸੀ ਮੈਂ ਤੇਰੇ 'ਚ ਦਮ ਹੈ ਨਾ ਅਤੇ ਮੈਨੂੰ ਅੰਦਰ ਕਰ ਦੇ ਮੇਰੀ ਮੁੱਛ 'ਚ ਦਮ ਦੇਗ ਇੱਥੇ ਇਹਦਾ ਤੇਰੇ ਐਸ ਐਸ ਪੀ ਨੂੰ ਮਿਲਾ ਦਾ ਅਤੇ ਭਾਰਤ ਦਾ ਪੁੱਤਰ ਆ ਗਈ ਫਿਰ ਹੁਣ ਕੀ ਹੋਇਆ ਫਿਰ ਚੁੱਪ ਕਰ ਗਿਆ ਫਿਰ ਚਲਾ ਗਿਆ ਗੱਲ ਖਤਮ ਔਰ ਦੂਜੀ ਗੱਲ ਇਹ ਵੀਰ ਜੀ ਹੁਣ ਅੱਜ ਤੁਸੀਂ ਗੱਲ ਕੀਤੀ ਬੜੀ ਵਧੀਆ ਪਿਆਰ ਨਾਲ ਸਾਡੇ ਸਮਝਾਈਏ ਅਸੀਂ ਤੁਹਾਡੇ ਖਾਲਸਾ ਮੰਨਾਂਗੇ ਤੁਸੀਂ ਸਾਡੇ ਮੰਨੋਗੇ ਇਹ ਪਿਆਰ ਹੈ ਆਪਾਂ ਆਪ ਤੁਸੀਂ ਭਾਈ ਸਰਦਾਰ ਬਹਿਸ ਆ ਗਏ ਲੋਕੀ ਤਮਾਸ਼ਾ ਵੇਖਣਗੇ ਕਿਉਂ ਖਾਂਦੇ ਤਾਂ ਕਹਿੰਦੇ ਆ ਸਰਦਾਰਾਂ ਦਾ ਕੀ ਖਾਣ ਇੱਕ ਗੱਲ ਹੋਰ ਵੀ ਹੈ ਹਾਂ ਅੱਗੋਂ ਕਹੋਗੇ ਤਾਂ ਨਹੀਂ ਆਵਾਂਗੇ ਭਰਾਵਾ ਨਹੀਂ ਆਵਾਂਗੇ ਸੁਣਿਓ ਤੁਹਾਡੇ ਨਾਲ ਹੀ ਗੱਲ ਉੱਥੇ ਇੱਕ ਬੰਦਾ ਸ਼ਿਵਜੀ ਦੀਆਂ ਕ੍ਰਿਸ਼ਨ ਦੀਆਂ ਰਾਮ ਦੀਆਂ ਮੂਰਤੀਆਂ ਵੇਚ ਰਹੇ ਸੱਚ ਉਹਨੂੰ ਮੌਕਾ ਕਾਹਤੋਂ ਮਿਲਿਆ ਜਦ ਅਸੀਂ ਗੁਰਸਿੱਖ ਹੋ ਕੇ ਆਪਣੇ ਗੁਰੂ ਘਰ ਨੂੰ ਆ ਕੇ ਇੱਕ ਮੇਲਾ ਬਣਾ ਲਿਆ ਆਪਾਂ ਮੌਕਾ ਦੇ ਰਹੇ ਨਾ ਅਸੀਂ ਪੀਪਣੀ ਵਾਲੇ ਨੂੰ ਮੌਕਾ ਦੇ ਰਹੇ ਨਾ ਆਹ ਕਿਆ ਖੜਾ ਆ ਇਹਦਾ ਕਿਆ ਕੰਮ ਹੈ ਦੇਖੀ ਨਾ ਪੰਜਾਬ 'ਚ ਮੇਲੇ ਕਿਤੇ ਘੱਟ ਜਗ੍ਹਾ ਆ ਬੱਸ ਅੱਡਿਆਂ 'ਚ ਬਥੇਰੀ ਦੁਨੀਆ ਘੁੰਮਦੀ ਆ ਜਿਹਦੇ ਮਰਜ਼ੀ ਜਾ ਕੇ ਵੇਚਣ ਗੁਰੂ ਫਤਲਾ ਦੀ ਧਰਤੀ ਸਾਡਾ ਇਹ ਕਾਹਤੋਂ ਬਣਾਇਆ ਜਾ ਰਿਹਾ ਜਿਹੜੀਆਂ ਕੋਈ ਸੱਚੀਆਂ ਰੂਹਾਂ ਦਾ ਦਰਸ਼ਨ ਕਰਨ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਦੁੱਖ ਲੱਗਦਾ ਉਸ ਬੰਦੇ ਦਾ ਮੱਥਾ ਟੇਕਣ ਆਉਂਦੇ ਨਹੀਂ ਉਹਨਾਂ ਨੂੰ ਐਂ ਲੱਗਦਾ ਵੀ ਮੇਲਾ ਮੇਲੇ ਦੇ ਮਗਰੋਂ ਕਰਨਾ ਵੀਰ ਤੂੰ ਇਹ ਗੱਲ ਸਹਿਮਤ ਇੱਕ ਬੰਦੇ ਨੇ ਖੀਰ ਬਣਾਈ ਮੈਂ ਗੱਲ ਸੁਣ ਜੋਦਿਆ ਗੁੱਸਾ ਨਾ ਕਰੀ ਅਸੀਂ ਖੁਸ਼ੀ ਤੇ ਨਹੀਂ ਆਏ ਗਮ ਤੇ ਆਏ ਆ ਸਿਰਫ ਸਾਦੇ ਦੋ ਫੁਲਕੇ ਤੇ ਮਾਫ ਕਰਨਾ ਕੱਲੀ ਦਾਲ ਸਲਾਦ ਵੀ ਨਹੀਂ ਹੋਣੀ ਚਾਹੀਦੀ ਉਹ ਖਾਲਸਾ ਜੀ ਗਲਤੇ ਠੀਕ ਹੈ ਤੇ ਤੁਸੀਂ ਸਾਡੇ ਨਾਲ ਚਲੋ ਆਪਾਂ ਕਰਾਣੇ ਬੰਦ ਚਲੋ ਨਹੀਂ ਹੁਣ ਚਮਕੌਰ ਸਾਹਿਬ ਜਾਣਾ ਹੈ ਕੱਲ ਤੋਂ ਪਰਸੋਂ ਦੇ ਸਟੈਂਡ ਪਰ ਮੈਂ ਇਕੱਲਾ ਫਤਿਹਗੜ੍ਹ ਸਾਹਿਬ ਜਾਵਾਂਗੇ ਨਹੀਂ ਨਹੀਂ ਆ ਦੇਖ ਆ ਥੋੜੇ ਆ ਖੜੇ ਆ ਪੱਕੀ ਕਰ ਲੈ ਭਰਾ ਜੀ ਮੇਰਾ ਗੁਰੂ ਮੰਦਰ ਆਏ ਸਾਡਾ ਸਾਡੇ ਆਪਣੇ ਹਿਰਦੇ ਦੁਖਦੇ ਜਾਂ ਕਿਸੇ ਨੂੰ ਰੋਟੀ ਹਿਲਦੀ ਹੈ ਕਿਸੇ ਦੇ ਢਿੱਡ ਦੇ ਲੱਤ ਮਾਰੀ ਪਰ ਤੁਸੀਂ ਆਓਗੇ ਇੱਥੋਂ ਤਾਂ ਰੱਬ ਤੁਹਾਨੂੰ ਜਾਨ ਨਾ ਦੇਊਗਾ ਕਿ ਬਾਹਰ ਆਪਾਂ ਤੇ ਵੀਰੇ ਮੰਨੇ ਦੇ ਸਿੱਖਾਂ ਆਪਾਂ ਮੰਨੇ ਦੇ ਸਿੱਖਾਂ ਵੀਰੇ ਮਾਲ ਨੂੰ ਰੱਖ ਕੇ ਲਿਆਉਂਗੇ ਨਾ ਬਾਬੇ ਪਿੱਛੇ ਆਏ ਲੱਗਦਾ ਕਿ ਅਕਾਲ ਪੁਰਖ ਪਿੱਛੇ ਆਏ ਆ ਮਹਾਰਾਜ ਪਿੱਛੇ ਆਏ ਆ ਉਸੇ ਪਿੱਛੇ ਆਏ ਬਾਈ ਬਚਣੀ ਨਾ ਤਾਂ ਕਹਿੰਦਾ ਉਹ ਮੰਡੀ ਹੈਗੀ ਉਹ ਜਾਊਂਗਾ ਰੱਬ ਤੇ ਚੱਲ ਜਾਓ ਜਿਹੜੇ ਲੋਕ ਮੇਲਾ ਦੇਖਣ ਆਏ ਹੋਗੇ ਨਾ ਉੱਥੇ ਪਹੁੰਚੂਗੇ ਪਹੁੰਚੂਗੇ ਠੀਕ ਹੈ ਵੀਰੇ ਪਹੁੰਚੂਗੇ ਉਹਨਾਂ ਦੇ ਜਾਈ ਇੱਕ ਮੌਕਾ ਦੇ ਦੇ ਕਦੋਂ ਨੋਟਿਸ ਲੈ ਕੇ ਲਾ ਦੇ ਉਹ ਬਾਬੇ ਉਹ ਬਾਬੇ ਦੇ ਦਰਸ਼ਨ ਕਰਾਓਗੇ ਇਹ ਤੁਹਾਨੂੰ ਲਾ ਕੇ ਨਾ ਜ਼ਿੰਦਗੀ ਨਹੀਂ ਲੈ ਕੇ ਆਵਾਂ ਜ਼ਿੰਦਗੀ ਚ ਦੁਕਾਨਦਾਰ ਲੈ ਕੇ ਤੁਹਾਨੂੰ ਕਹਾਂਗੇ ਨਾ ਉਹ ਸਾਰਿਆਂ ਨੇ ਆਣਾ ਇੱਥੇ ਝੂਲੇ ਬੰਦ ਕਰਾਏ ਉਹਨਾਂ ਦੇ ਪੈਸੇ ਮੜਵਾਏ ਠੇਕੇਦਾਰ ਕੋਲੋਂ ਉਹ 14 ਲੱਖ ਦਾ ਹੁਣ ਟੈਂਡਰ ਲਿਆ ਵਾ ਠੀਕ ਹੈ ਸਾਡੀ ਭੈਣ ਸਾਡੀ ਭੈਣ ਹੁਣ ਇਹੀ ਮਰਿਆਦਾ ਨਹੀਂ ਵੇਖ ਲੱਖ ਦੇ ਲੱਖ ਲਾ ਕੇ ਸਾਡੀ ਜ਼ਿੰਦਗੀ ਦੇ ਕੱਲ ਨੂੰ ਆਪਾਂ ਰਲ ਕੇ ਇਹ ਮਰਿਆਦਾ ਨਹੀਂ ਨਾ ਆਪਾਂ ਕਸਮ ਤੋਂ ਮਾਰ ਦੋ ਸੀ ਲੱਖ ਲਾ ਕੇ ਸਾਡੀ ਜ਼ਿੰਦਗੀ ਅਸੀਂ ਕੱਲ ਉਹਨਾਂ ਨਾਲ ਖਾਲਸਾ ਜੀ ਟੋਟਲੀ ਬੰਦ ਆਲ ਮੈਗਲ ਸਾਰੇ ਸੋਨਿਆ ਸਤਿ ਸ੍ਰੀ ਅਕਾਲ ਓਕੇ ਬੰਦ ਉੱਥੇ ਕੋਟਲਾ ਨਿਹਾਂਖਾਂ ਹਵੇਲੀ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸਵੇਰ ਨੂੰ ਆਸਾ ਰਿਵਾਰ ਦਾ ਕੀਰਤਨ ਹੈ 5 ਵਜੇ ਉੱਥੇ ਪਹੁੰਚੋ ਉੱਥੇ ਆਪਣੀ ਸਾਰੀ ਗੱਲ ਵੀ ਕਰਾਂਗੇ ਤੇ ਸਵੇਰ ਨੂੰ ਬੰਦ ਵੀ ਗੱਲ ਇਹ ਹੋਈ ਸੀ ਮੇਰੀ ਇੱਕ ਮਜਬੂਰੀ ਇਹ ਮੇਰਾ ਭਰਾ ਹੁਣ ਵੀ ਹੋਸਪਿਟਲ 'ਚ ਸੱਟ ਲੱਗੀ 55 ਦਿਨ ਹੋ ਗਏ ਜਿਹਦੇ ਨਾਮ 'ਤੇ ਠੇਕਾ ਜਤਿੰਦਰ ਕੁਮਾਰ ਹੈ ਨਾ ਬੜਾ ਚੋਰੇ ਆਪਣੇ ਜਿੱਥੇ ਬੀ ਏ ਵੀ ਗਰਾਊਂਡ ਹੈਗੇ ਉੱਥੇ ਸਾਹਮਣੇ ਸਕੂਟਰ ਵੱਜ ਗਏ ਨਾ ਉਹਦੇ ਸੈੱਡ ਦੇ ਸੱਟ ਲੱਗ ਗਈ ਪੀ ਆਈ ਓਪਰੇਸ਼ਨ ਹੋਇਆ ਹੁਣ ਆਪਣੇ ਨਵਾਂ ਸ਼ਹਿਰ ਆਪਣਾ ਥੋਪੀਆ ਪਿੰਡ
नहीं भाजी जेडे उन्हें उधर झूले लाए उन्होंने सानू पैसे दिते उन्होंने उधर की जगह के पैसे दिते या इत्थे की जगह के पैसे दिते ਭਾਜੀ ਆਪਣੀ ਮਾਰਕੀਟ ਕਮੇਟੀ ਮੰਡੀ ਦੀ ਅੰਦਰ ਦੀ ਅੰਦਰ ਦੇ ਪੈਸੇ ਦਿੱਤੇ ਉਹਨਾਂ ਨੇ ਉਧਰ ਦੇ ਦਿੱਤੇ ਗੁਰੂ ਘਰ ਦੇ ਕੋਲ ਯਾਰ ਭਾਜੀ ਕੋਈ ਆਪਣਾ ਗੇਟ ਤੋਂ ਬਾਹਰ ਦਾ 1 ਰੁਪਏ ਦਾ ਲੈਣ ਨਾ ਲੈਣ ਦੇਣਾ ਨਾ ਆਪਣਾ ਕਿਸੇ ਨੇ ਕੋਈ ਲੈਣ ਆਪਾਂ ਉਹਨਾਂ ਨੂੰ ਇੱਧਰ ਭੇਜਣ ਲੱਗੇ ਆ ਉੱਥੇ ਉਹਨਾਂ ਨੇ ਸਾਲਾ ਜਲੂਸ ਕੱਢਿਆ ਪਿਆ ਉੱਥੇ ਜਨਾਨੀਆਂ ਗੋਲ ਗੱਪੇ ਖਾਣੀਆਂ ਨੰਗੇ ਸਿਰ ਘੁੰਮਦੀਆਂ ਉੱਥੇ ਪੌਂਪ ਮੁੰਡੇ ਮੰਡੀਰ ਆ ਜਨਾਨ ਆਪਣੀਆਂ ਆਪਣੀਆਂ ਬੀਬੀਆਂ ਦੇ ਕੋਲ ਜਾ ਕੇ ਮਾਰਦੇ ਆ ਪੌਂਪ ਜਿਹੜੇ ਉਹ ਤਾਂ ਭਾਜੀ ਗੁਰਪ੍ਰੀਤ ਨੂੰ ਪੁੱਛ ਲਓ ਮੈਂ ਕੱਲ੍ਹ ਵੀ ਉਹਨਾਂ ਨੂੰ ਕਿਹਾ ਜਾ ਕੇ ਮੈਂ ਕਿਹਾ ਯਾਰ ਇੱਥੇ ਸਿਰਫ ਗੱਤਕਾ ਅਤੇ ਲੰਗਰ ਚਾਹੀਦੇ ਇੱਧਰ ਆ ਖਿਡੌਣੇ ਖਡੂਣੇ ਆਹ ਦੁਕਾਨਾਂ ਇੱਧਰ ਚਾਹੀਦੀ ਨਹੀਂ ਦੁਕਾਨਦਾਰਾਂ ਨੇ ਮੈਨੂੰ ਕਿਹਾ ਵੀ ਕਾਕਾ ਅਗਲ ਨੂੰ ਹੱਥ ਮਾਰ ਜਿਹੜੇ ਵਿੱਚ ਸਿਆਣੇ ਮੰਦੇ ਸੀਗੇ ਉਹ ਕਹਿੰਦੇ ਕਾਕਾ ਅਗਲ ਨੂੰ ਹੱਥ ਮਾਰ ਕੋਈ ਅੰਮ੍ਰਿਤਸਰੋਂ ਆਇਆ ਕੋਈ ਜਿੱਤੋਂ ਆਇਆ ਸਾਰਿਆਂ ਦੇ ਢਿੱਡ ਲੱਗਿਆ ਵਾ ਰੋਟੀ ਖਾ ਲੈਣਾ ਅਸੀਂ ਉਹਨਾਂ ਨੂੰ ਇੱਧਰ ਨੂੰ ਕੱਢ ਦੇਣਾ ਮੈਂ ਕਿਹਾ ਬਾਬਾ ਜੀ ਰੁਪਇਆ ਦੇਣੇ ਸਮਾਂ ਕਿ ਆਹ ਦੁਕਾਨਦਾਰ ਸਾਰੇ ਭਾਵੇਂ ਨਾਲ ਚੱਲੋ ਪੁੱਛ ਲਓ ਕਿਸੇ ਤੋਂ ਵੀ 1 ਰੁਪਇਆ ਲਿਆ ਹੋਵੇ ਆਹ ਦੁਕਾਨਦਾਰ ਸਾਰੇ ਇਹ ਇਤਰਾਜ਼ ਇਸ ਗੱਲ ਦਾ ਕਰਦੇ ਕਿ ਭਾਜੀ ਦੁਕਾਨਾਂ ਤੁਸੀਂ ਉੱਧਰ ਲਵਾਈਆਂ ਨੇ ਇੱਧਰ ਵੀ ਤੁਸੀਂ ਕਰਚੀ ਲੈਣੀ ਉੱਧਰ ਵੀ ਲੈਣੀ ਵੀ ਸਾਡੇ ਵੀ ਢਿੱਡੂ ਦਾ ਲੱਗਿਆ ਵਾ ਤੁਸੀਂ ਸਾਤੋਂ ਹੀ ਪੈਸੇ ਲੈਣੇ ਮੈਂ ਕਿਹਾ ਯਾਰ ਵੀ ਮੈਂ ਤਾਂ ਕਹਿ ਕੇ ਥੱਕ ਗਿਆ ਉਹਨਾਂ ਨੂੰ ਵੀ ਪਿੱਛੇ ਲਿਆਓ ਦੁਕਾਨ ਕੋਈ ਨਹੀਂ ਅਸੀਂ ਇੱਧਰ ਨੂੰ ਭੇਜ ਦਿੰਦੇ ਉਹਨਾਂ ਸਾਰੇ ਮੈਂ ਕਿਹਾ ਜਿੱਦਾਂ ਤੁਸੀਂ ਕਰਨਾ ਉੱਦਾਂ ਆਪਣਾ ਤੁਹਾਡੇ ਨਾਲ ਹੁਣ ਇੱਧਰ ਆ ਜਾਓ ਠੀਕ ਆ ਉਹ ਸਾਰੇ ਜੋ ਤੁਸੀਂ ਕਹਿਣਾ ਕਰਦੇ ਵੀ ਭਾਵੇਂ ਬੰਦ ਕਰਾਉਣਾ ਬੰਦ ਕਰਾ ਦਿਓ ਚੱਲਣ ਦੇਣਾ ਇੱਧਰ ਭੇਜਣਾ ਇੱਧਰ ਭੇਜ ਦਿਓ ਜੇ ਤੁਸੀਂ ਕਹਿੰਦੇ ਕਿ ਬੰਦ ਹੀ ਕਰਨਾ ਸਿਸਟਮ ਮੈਂ ਤਾਂ ਕਹਿੰਦਾ ਭਾਵੇਂ ਸਾਰਾ ਬੰਦ ਕਰਾ ਦਿਓ ਸਾਰਾ ਬੰਦ ਕਰਾ ਦਿਓ ਜੋ ਤੁਹਾਡੀ ਇੱਛਾ ਜੋ ਤੁਹਾਡੀ ਇੱਛਾ ਭਾ ਤੁਹਾਡੇ ਨਾਲ ਜੋ ਹੁਕਮ ਤੁਸੀਂ ਲੈ ਠੀਕ ਹੈ ਫਿਰ ਬਿਲਕੁਲ ਇੱਦੇ ਬੰਦੇ ਹੁਣ ਵੈਸੇ ਤਾਂ ਬੰਦ ਹੋਣਾ ਚਾਹੀਦਾ ਜੇ ਸਾਨੂੰ ਇੰਨਾ ਪਰ ਇੱਕ ਮਾੜੀ ਗੱਲ ਆ ਨਾ ਜੇ ਪੈਸੇ ਆ ਮੰਡੀ ਦੇ ਦਿੱਤੇ ਹੋਏ ਮੰਡੀ ਦੇ ਬਾਹਰ ਕਿਉਂ ਲਾ ਰਹੇ ਯਾਰ ਝੂਲੇ ਤੁਸੀਂ ਇੱਧਰ ਲਾਓ ਠੀਕ ਆ ਪੈਸੇ ਤੁਸੀਂ ਇੱਧਰ ਦਿੱਤੇ ਹੋਏ ਮੰਡੀ ਦੇ ਬਾਹਰ ਨਹੀਂ ਗੁਰਦੁਆਰੇ ਦੀ ਜਗ੍ਹਾ ਵੀ ਨਾਲ ਦੀ ਮੰਡੀ ਅੰਦਰ ਜਾਂਦੀ ਹੈ ਭਾਜੀ ਗੁਰਦੁਆਰੇ ਦੇ ਨਾਲ ਲਾਏ ਪਏ ਪਰਲੀ ਸਾਈਡ ਉਹ ਨਹੀਂ ਜੀ ਉਹ ਨਹੀਂ ਮੰਡੀ ਗੇਟ ਤੋਂ ਸੜਕ ਤੋਂ ਜਿਹੜਾ ਉਰਲੇ ਪਾਸੇ ਰਹੇਗਾ ਨਾ ਬਾਬਾ ਜੀ ਜਿਹੜਾ ਸੜਕ ਦੇ ਗੇਟ ਤੋਂ ਉਰਲੇ ਪਾਸੇ ਰਹੇਗਾ ਉਹਦੇ ਉਹਦੇ ਪਰ ਗੁਰਦੁਆਰੇ ਦੇ ਨਾਲ ਪਰਲੀ ਸਾਈਡ ਵੀ ਲੱਗੇ ਹੋਏ ਆ ਦੋ ਝੂਲੇ ਦੇਖੋ ਹਾਂ ਜੋ ਤੁਹਾਡੀ ਇੱਧਰ ਭੇਜ ਦੇ ਫਿਲਹਾਲ ਜਿੱਦਾਂ ਤੁਹਾਡੀ ਆਪਣੇ ਜਿਹੜੇ ਮੰਡੀ ਦੇ ਅੰਦਰ ਆ ਉਹ ਸੜਕ ਤੋਂ ਇੱਧਰ ਜਿੱਥੇ ਉਹਨਾਂ ਲਾਏ ਹੋਰ ਜਾਇਜ਼ਾ ਉਹ ਨਹੀਂ ਨਹੀਂ ਸੜਕ ਤੋਂ ਇੱਧਰ ਜਿਹੜੇ ਆ ਜਿਹੜੇ ਇਹ ਕਹਿੰਦੇ ਸੜਕ ਦੇ ਨਾਲ ਜਿਹੜੀ ਕੰਧ ਆ ਘਰ ਆ ਆਪਣੇ ਆ ਘਰ ਹੈਗੇ ਨੇ ਘਰਾਂ ਤੋਂ ਪਰਲੇ ਪਾਸੇ ਜਿਹੜੀ ਜਗ੍ਹਾ ਜਿੱਥੇ ਗੱਤਕੇ ਦੋ ਪ੍ਰੋਗਰਾਮ ਚੱਲਣੇ ਬਾਕੀ ਲੰਗਰ ਤੇ ਉੱਥੇ ਹੀ ਝੂਲੇ ਲੱਗੇ ਆਪਾਂ ਉਹਨਾਂ ਨੂੰ ਇੱਧਰ ਭੇਜ ਦਈਏ ਹਾਂ ਜੀ ਕੋਈ ਨਹੀਂ ਤੁਹਾਡੇ ਕੋਲ ਹੀ ਆ ਇਹ ਵੀ ਸਾਡੇ ਕੋਲ ਆਪਾਂ ਉਹਨਾਂ ਨੂੰ ਇੱਧਰ ਭੇਜ ਦਿੰਦੇ ਆਪਣਾ ਗੇਟ ਤੋਂ ਬਾਹਰ ਨਹੀਂ ਹੈਗਾ ਬਾਕੀ ਚਲੋ ਠੀਕ ਹੈ ਬਾਕੀ ਤੁਸੀਂ ਜੋ ਹੁਕਮ ਕਰੋ ਬੰਦ ਕਰਾਉਣੇ ਤਾਂ ਦੱਸ ਦਿਓ ਮੈਂ ਉਹਨਾਂ ਨੂੰ ਆਪਣੇ ਜੋ ਹੈਗਾ ਹਿਸਾਬ ਕਿਤਾਬ ਤੁਸੀਂ ਬੰਦ ਕਰਾ ਦਿਓ ਯਾਰ ਤੁਹਾਡੇ ਸਾਹਮਣੇ ਤੁਸੀਂ ਬੰਦ ਕਰਾ ਦਿਓ ਚਲੋ ਉਹਨਾਂ ਨੂੰ ਕਹੋ ਕਿ ਸਮਾਨ ਬੰਦ ਕਰੋ ਆਪਾਂ ਉਹਨਾਂ ਨੂੰ ਇਹ ਕੰਡੀਸ਼ਨ ਪਹਿਲਾਂ ਕੀਤੀ ਵੀ ਕੋਈ ਦਿੱਕਤ ਹੋ ਜਾਵੇ ਉਹ ਕਹਿੰਦੇ ਸੀ ਵੀ ਕੋਈ ਦਿੱਕਤ ਮੈਂ ਕਿਹਾ ਭਾਜੀ ਕੋਈ ਦਿੱਕਤ ਹੋ ਜਾਵੇ ਆਪਾਂ ਉਹ ਜਿਹੇ ਬੰਦ ਨਹੀਂ ਹੈਗੇ ਦਿੱਕਤ ਹੋ ਜਾਵੇ ਤੁਹਾਡਾ ਰੁਪਈਏ ਵਾਪਸ ਗੱਲ ਕਰ ਤੁਸੀਂ ਉਹਨਾਂ ਦੇ ਪੈਸੇ ਮੋੜ ਦਿਓ ਅਸੀਂ ਉਹਨਾਂ ਨੂੰ ਬੰਦ ਕਰਾ ਦਿੰਦੇ ਸਾਹਮਣੇ ਸਾਰੇ ਝੂਲਿਆਂ ਵਾਲੇ ਜਿੰਨੇ ਉਹ ਦੁਕਾਨਾਂ ਵਾਲੇ ਠੀਕ ਹੈ ਚਲੋ ਆ ਜਾਓ ਭਾਈ ਨਾਲ ਚਲੋ ਨਾਲ ਚਲੋ ਭਾਜੀ ਕੋਈ ਨਹੀਂ ਹੈਗਾ ਨੁਕਸਾਨ ਕਿਸੇ ਦਾ ਵੀ ਨਹੀਂ ਹੈਗਾ ਇਹਦੇ ਵਿੱਚ ਉਹਨੇ ਖੋਲ ਲੈਣਗੇ ਫਿਰ ਸ਼ਾਮ ਦਾ ਖੋਲ ਲੈਣ ਟਾਈਮ ਦੇ ਦੇ ਬਾਬੇ ਕੋਈ ਨਹੀਂ ਸ਼ਾਮ ਦਾ ਖੋਲ ਲੈਣੇ ਖੋਲ ਦਵਾ ਚੱਲ ਬਾਬਾ ਚੰਦ ਮੈਂ ਤਾਂ ਖੋਲ ਵੀ ਨਹੀਂ ਮੇਰੇ ਬਣਾ ਕੈਂਟ ਨਹੀਂ ਖੋਲਦਾ ਮੇਰੇ ਬਣਾ ਸ਼ਾਮ ਤੱਕ ਨਹੀਂ ਅੱਛਾ ਥੋੜਾ ਦੱਸਿਆ ਮੈਂ ਚਲਾ ਜਾਣਾ ਹੁਣ ਹਲੇ 4 ਵਜੇ ਕੋਈ ਚੱਕਰ ਨਹੀਂ ਸ਼ਾਮ ਦਾ ਖੋਲ ਲੈਣੇ ਆਰਾਮ ਨਾਲ ਖੋਲ ਅੱਛਾ ਹੈਗਾ ਹੁਣ ਤੇ ਕੈਮਰਾ ਸਮਾਨ ਨਾ ਖਰਾਬ ਕਰ ਲਿਓ ਤੇ ਸਮਾਨ ਤੋੜ ਨਾ ਲਿਓ ਆਰਾਮ ਨਾਲ ਨਹੀਂ ਨਹੀਂ ਯਾਰ ਦੱਸੋ ਨਹੀਂ ਨਹੀਂ ਆਪਾਂ ਤੁਹਾਡਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਹਵੇਂ ਹੁਣ ਝੂਲੇ ਇਸ ਵਾਰ ਵੀ ਨਹੀਂ ਲੱਗੂਗੇ ਇੱਥੇ ਆ ਜਿਹੜੇ ਚੰਡੋਲ ਤਾਂ ਹੋਰ ਆ ਜਿਹੜੀਆਂ ਖੇਡਾਂ ਨਿਆਣਿਆਂ ਨੂੰ ਖਿਡਾਉਂਦੇ ਲੋਕ ਇੱਥੇ ਲਿਆ ਗਏ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਵੀ ਤੁਸੀਂ ਇੱਥੇ ਸਭਾ ਨੂੰ ਆਪਣਾ ਮਹਾਰਾਜ ਨੂੰ ਨਮਸਕਾਰ ਕਰਨ ਆਉਣੇ ਆ ਆਪਣਾ ਜਿਹੜਾ ਭਾਵ ਹੈ ਤੁਹਾਡੇ ਹਿਰਦਿਆਂ ਦਾ ਉਹ ਇੱਥੇ ਲੈ ਕੇ ਆਉਣੇ ਕਿ ਇੱਥੇ ਆਪਣੇ ਨਿਆਣਿਆਂ ਨੂੰ ਝੂਲੇ ਝੁਲਾਉਣ ਲੈ ਕੇ ਆਉਣੇ ਤੁਸੀਂ ਇੱਥੇ ਜਨਾਨੀਆਂ ਨੰਗੇ ਸਿਰ ਘੁੰਮੀ ਜਾਂਦੀਆਂ ਨਾ ਉਹਨਾਂ ਨੂੰ ਪਤਾ ਹੈ ਵੀ ਇੱਥੇ ਦੀ ਮਰਿਆਦਾ ਕਿਆ ਆ ਨਾ ਅੰਦਰ ਕੋਈ ਭਾਵਨਾ ਨਾ ਕੋਈ ਸ਼ਰਧਾ ਗੁਰੂ ਦੀ ਆਪਣੇ ਇੱਥੇ ਤੁਸੀਂ ਮੇਲੇ ਹੋਰ ਪੰਜਾਬ 'ਚ ਥੋੜ੍ਹੀ ਜਗ੍ਹਾ ਮੇਲੇ ਲੱਗਦੇ ਆ ਤੁਹਾਡੇ ਪੈਸੇ ਮਿਲ ਗਏ ਆਪਣੇ ਝੂਲੇ ਬੰਦ ਕਰ ਲਓ ਸ਼ਾਮ ਤੱਕ ਇੱਥੇ ਝੂਲੇ ਨਹੀਂ ਚੱਲਣੇ ਚਾਹੀਦੇ ਠੀਕ ਹੈ ਜੀ ਚਲਾਵਾਂਗੇ ਨਹੀਂ ਮਾੜਾ ਬੰਦ ਖੋਲ ਕੇ ਰੱਖਾਂਗੇ ਖੋਲ ਖੋਲ ਠੀਕ ਹੈ ਓਕੇ ਓਕੇ ਬਾਬਾ ਜੀ